ਵਾਇਸ ਆਫ ਪੰਜਾਬ 'ਚ ਤੁਹਾਡਾ ਸਵਾਗਤ ਹੈ ਜੀ। 26 ਜਨਵਰੀ ਨੂੰ ਧੁੱਪ ਨਿਕਲੀ ਸੀ, ਧੁੱਪ ਤੋਂ ਬਾਅਦ ਅੱਜ ਸਵੇਰ ਦਾ ਜੋ ਹਾਲ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਧੁੰਦ ਬਹੁਤ ਜ਼ਿਆਦਾ ਹੈ। ਇਸ ਸਮੇਂ ਅਸੀਂ ਜਾ ਰਹੇ ਹਾਂ ਜਲੰਧਰ ਤੋਂ ਹੁਸ਼ਿਆਰਪੁਰ ਵੱਲ। ਇਹ ਜਿਹੜੇ ਤੁਸੀਂ ਰੋਡ ਦੇਖ ਰਹੇ ਹੋ ਇਹ ਹੁਸ਼ਿਆਰਪੁਰ ਵੱਲ ਜਾ ਰਹੀ ਹੈ, ਅਤੇ ਇਸ ਸਮੇਂ ਅਸੀਂ ਜਲੰਧਰ ਨੂੰ ਕ੍ਰੋਸ ਕੀਤਾ। ਰਾਮਾ ਮੰਡੀ ਕ੍ਰੋਸ ਕਰਨ ਤੋਂ ਬਾਅਦ ਇਹ ਹਾਲਾਤ ਨੇ, ਇਸ ਸੜਕ 'ਤੇ ਵਿਜ਼ੀਬਿਲਟੀ ਬਹੁਤ ਘੱਟ ਹੈ, ਮਤਲਬ ਆਪਾਂ ਮੰਨ ਕੇ ਚੱਲੀਏ 20-25 ਮੀਟਰ ਦੇ ਵਿਜ਼ੀਬਿਲਟੀ ਹੈਗੀ ਹੈ। ਔਰ ਜਿਹੜੀਆਂ ਗੱਡੀਆਂ ਆ ਰਹੀਆਂ ਤੁਸੀਂ ਦੇਖ ਸਕਦੇ ਹੋ, ਉਹਨਾਂ ਨੇ ਲਾਈਟਾਂ ਚਲਾਈਆਂ ਹੋਈਆਂ ਨੇ, ਆਪਣੇ 4 ਇੰਡੀਕੇਟਰ ਚਲਾਏ ਨੇ। ਜੇ ਤੁਸੀਂ ਵੀ ਕਿਤੇ ਜਾਣਾ ਚਾਹੁੰਦੇ ਹੋ ਜਾਂ ਤਾਂ ਤੁਸੀਂ ਥੋੜ੍ਹਾ ਲੇਟ ਚੱਲੋ, ਜਾਂ ਜੇ ਆਉਣਾ ਹੈ ਤਾਂ ਤੁਹਾਨੂੰ ਇਹ ਸੋਚ ਕੇ ਆਉਣਾ ਪਏਗਾ ਕਿ ਜੇ ਤੁਹਾਡਾ 1 ਘੰਟੇ ਦਾ ਰਸਤਾ ਤਾਂ ਉਹ ਤੁਹਾਨੂੰ 1.5 ਘੰਟੇ 'ਚ ਪੂਰਾ ਹੋਏਗਾ, ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ। ਅਤੇ ਤੁਸੀਂ ਇਹ ਸਾਹਮਣੇ ਦੇਖ ਵੀ ਰਹੇ ਹੋ ਵੀਡੀਓ ਦੇ ਵਿੱਚ ਕਿੰਨੀ ਜ਼ਿਆਦਾ ਧੁੰਦ ਹੈ। ਅਤੇ ਇਸ ਤੋਂ ਇਲਾਵਾ ਜੇ ਤੁਹਾਨੂੰ ਆਉਣਾ ਹੈ ਆਪਣੀਆਂ ਲਾਈਟਾਂ ਚਲਾ ਕੇ ਆਉਣਾ ਪੈਣਾ, 4 ਇੰਡੀਕੇਟਰ ਚਲਾਉਣੇ ਪੈਣੇ ਆ, ਮਤਲਬ ਕਿ ਧੁੰਦ ਨੂੰ ਧਿਆਨ 'ਚ ਰੱਖਦੇ ਹੋਏ ਸਾਰੇ ਪ੍ਰੀਕੋਸ਼ਨ ਦਾ ਰੱਖਣਾ ਪੈਣਾ ਧਿਆਨ, ਔਰ ਸਪੀਡ ਵੀ ਜ਼ਿਆਦਾ ਨਹੀਂ ਕਰਨੀ ਚਾਹੀਦੀ। ਇਹ ਜਿਹੜੀ ਤਸਵੀਰਾਂ ਦੇਖ ਰਹੇ ਹੋ ਉਹ ਤੁਸੀਂ ਤੁਹਾਨੂੰ ਫਿਰ ਦੱਸ ਦਈਏ ਕਿ ਇਹ ਜਲੰਧਰ ਹੁਸ਼ਿਆਰਪੁਰ ਰੋਡ ਦੀਆਂ ਹੈ, ਅਤੇ ਇਹ 27 ਜਨਵਰੀ ਸਵੇਰੇ ਲਗਭਗ 8:15 ਵਜੇ ਦਾ ਨਜ਼ਾਰਾ ਤੁਸੀਂ ਦੇਖ ਰਹੇ ਹੋ, ਧੁੰਦ ਕਿੰਨੀ ਜ਼ਿਆਦਾ ਹੈ। ਵਾਇਸ ਆਫ ਪੰਜਾਬ 'ਚ ਇਹੋ ਜਿਹੀਆਂ ਹੋਰ ਜਾਣਕਾਰੀਆਂ ਲਈ ਜੁੜੇ ਰਹੋ। ਧੰਨਵਾਦ।